14 ਸਾਲ ਕੰਮ ਕਰਨ ਦੇ ਬਾਵਜੂਦ ਵੀ ਸਰਵ ਸਿੱਖਿਆ ਅਭਿਆਨ ਅਤੇ ਰਮਸਾ ਦਫ਼ਤਰੀ ਕਰਮਚਾਰੀਆਂ ਨੂੰ ਪੱਕਾ ਨਾ ਕਰਨ ਦੇ ਰੋਸ ਵਜੋਂ ਅੱਜ ਸੂਬਾ ਪ੍ਰਧਾਨ ਵਿਕਾਸ ਕੁਮਾਰ ਦੀ ਅਗਵਾਈ ਵਿੱਚ ਸਿੱਖਿਆ ਮੰਤਰੀ ਦੇ ਹਲਕੇ ਦੀਨਾਨਗਰ 'ਚ ਸੂਬਾ ਪੱਧਰੀ ਰੋਸ ਰੈਲੀ ਉਪਰੰਤ ਸਿੱਖਿਆ ਮੰਤਰੀ ਪੰਜਾਬ ਦੇ ਘਰ ਦੇ ਨਜ਼ਦੀਕ ਬਹਿਰਾਮਪੁਰਾ ਰੋਡ 'ਤੇ ਧਰਨਾ ਦਿੱਤਾ ਗਿਆ। ਕਰਮਚਾਰੀਆਂ ਨੇ ਕਿਹਾ ਕਿ ਜਦੋਂ ਤੱਕ ਉਹਨਾਂ ਨੂੰ ਮੀਟਿੰਗ ਦਾ ਸਮਾਂ ਨਹੀਂ ਮਿਲਦਾ ਧਰਨਾ ਉਦੋਂ ਤੱਕ ਜਾਰੀ ਰਹੇਗਾ। ਅਸੀਂ ਪੰਜਾਬ ਦੇ ਸਿੱਖਿਆ ਵਿਭਾਗ ਵਿੱਚ, ਚਾਹੇ ਉਹ DGSC ਦਫ਼ਤਰ ਹੈ, ਜ਼ਿਲ੍ਹਾ ਦਫ਼ਤਰ ਹੈ, ਬਲਾਕ ਦਫ਼ਤਰ ਹੈ, ਉੱਥੇ ਪੰਜਾਬ ਦਾ ਸਿੱਖਿਆ ਵਿਭਾਗ ਪੂਰੀ ਤਰ੍ਹਾਂ ਚਲਾ ਰਹੇ ਹਾਂ। ਕੋਈ ਵੀ ਕੰਮ ਹੈ ਜੋ ਸਿੱਖਿਆ ਵਿਭਾਗ 'ਚ ਕੀਤਾ ਜਾ ਰਿਹਾ ਉਹ ਸਾਡੇ ਮੁਲਾਜ਼ਮਾਂ ਦੁਆਰਾ ਕੀਤਾ ਜਾ ਰਿਹਾ, ਪਰ ਬਹੁਤ ਹੀ ਸ਼ਰਮ ਦੀ ਗੱਲ ਹੈ, ਪਿਛਲੇ 14 ਸਾਲਾਂ ਤੋਂ ਅਸੀਂ ਕੰਮ ਕਰ ਰਹੇ ਹਾਂ। ਹਰ ਸਰਕਾਰ ਨੇ ਸਾਨੂੰ ਲਾਰੇ ਲਾਏ ਸੀਗੇ ਰੈਗੂਲਰ ਕਰਨ ਦੇ, ਪਰ ਅੱਜ ਤੱਕ ਸਾਨੂੰ ਰੈਗੂਲਰ ਨਹੀਂ ਕੀਤਾ ਗਿਆ। 6 ਮਹੀਨੇ ਹੋ ਗਏ, ਇਹੀ ਕੈਪਟਨ ਸਰਕਾਰ ਨੇ, ਕਾਂਗਰਸ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਸਾਡੇ ਧਰਨਿਆਂ 'ਚ ਆ ਕੇ ਵਾਅਦਾ ਕੀਤਾ ਸੀਗਾ ਸਾਡੀ ਸਰਕਾਰ ਬਣ ਲੈਣ ਤੋਂ ਸਾਡਾ ਸਾਥ ਦਿਓ, ਅਸੀਂ ਪਹਿਲ ਦੇ ਆਧਾਰ ਤੇ ਪਹਿਲੀ ਕੈਬਨਿਟ ਦੀ ਮੀਟਿੰਗ 'ਚ ਫੈਸਲਾ ਲਵਾਂਗੇ ਤੇ ਤੁਹਾਨੂੰ ਰੈਗੂਲਰ ਕਰਾਂਗੇ। ਪਰ ਬੜੇ ਸ਼ਰਮ ਨਾਲ ਕਹਿਣਾ ਪੈ ਰਿਹਾ, 6 ਮਹੀਨੇ ਹੋ ਗਏ ਨੇ ਸਰਕਾਰ ਨੂੰ, ਸਾਡੇ ਨਾਲ ਅੱਜ ਤੱਕ ਕਿਸੇ ਨੇ ਮੀਟਿੰਗ ਕਰਨਾ ਵਾਜਬ ਨਹੀਂ ਸਮਝਿਆ। ਰੋਸ ਦੇ ਵਜੋਂ ਅੱਜ ਅਸੀਂ ਇੱਥੇ ਪੂਰੇ ਪੰਜਾਬ ਦੇ ਸਾਥੀ, ਅੱਜ ਤਿਉਹਾਰ ਦਾ ਦਿਨ ਹੈ, ਕੰਜਕਾਂ ਪੂਜਣ ਦਾ ਦਿਨ ਹੈ, ਅਸੀਂ ਉਹ ਕੰਜਕਾਂ ਛੱਡ ਕੇ ਸਾਡੀਆਂ ਭੈਣਾਂ ਤੁਸੀਂ ਵੇਖ ਸਕਦੇ ਹੋ ਸੜਕ ਤੇ ਬੈਠੀਆਂ ਹੋਈਆਂ ਨੇ, ਸਵੇਰ ਦੀਆਂ ਚੱਲੀਆਂ ਹੋਈਆਂ ਨੇ, ਅੱਜ ਇੱਥੇ ਆਈਆਂ ਨੇ। ਪਰ ਸਿੱਖਿਆ ਮੰਤਰੀ ਜਿਸ ਨੂੰ ਪਹਿਲਾਂ ਹੀ ਹੋਮ ਮੈਮੋਰੈਂਡਮ ਭੇਜਿਆ ਗਿਆ ਸੀ ਵੀ ਅੱਜ ਦੇ ਦਿਨ ਅਸੀਂ ਇੱਥੇ ਆਵਾਂਗੇ, ਕੰਮ ਕਰਦੇ ਹਾਂ, ਸਰਕਾਰ ਨੂੰ ਵਾਰ ਵਾਰ ਮਿੰਤਾਂ ਕੀਤੀਆਂ ਜਾ ਰਹੀਆਂ ਕਿ ਸਾਨੂੰ ਰੈਗੂਲਰ ਕੀਤਾ ਜਾਵੇ। ਇੱਕ ਪਿਛਲੀ ਸਰਕਾਰ ਸੀ ਜਿਹੜੀ ਬਾਦਲ ਸਰਕਾਰ, ਉਹਨੇ ਇੱਕ ਐਕਟ ਬਣਾਇਆ ਸੀ ਕਿ ਜਿੰਨਾ ਮੁਲਾਜ਼ਮ ਨੂੰ 3 ਸਾਲ ਹੋ ਗਏ, 3 ਸਾਲ ਦੀ ਕਮਿਸ਼ਨ ਲਈ ਸੀ, ਪ੍ਰੋਪਰ ਚੈਨਲ ਭਰਤੀ ਹੋ ਕੇ ਆਇਆ, ਉਹਨਾਂ ਨੂੰ ਰੈਗੂਲਰ ਕੀਤਾ ਜਾਵੇਗਾ। ਪਰ ਇਹ ਸਰਕਾਰ ਨੇ ਵੀ, ਸਰਕਾਰ ਆਉਣ ਤੋਂ ਪਹਿਲਾਂ ਇੱਕ ਵਾਅਦਾ ਕੀਤਾ ਸੀ ਕਿ ਇਹ ਐਕਟ ਨੂੰ ਅਸੀਂ IGT ਲਾਗੂ ਕਰਾਂਗੇ, ਪਰ 6 ਮਹੀਨੇ ਹੋ ਗਏ, ਸਰਕਾਰ ਨੇ ਉਸ ਐਕਟ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ। ਉਸ ਦੇ ਵਿੱਚ ਕੋਈ ਇੰਪਲੀਮੈਂਟ ਕਰਨਾ ਚਾਹੁੰਦੇ ਨੇ, ਅਸੀਂ ਨਹੀਂ ਉਸ ਨੂੰ ਬਰਦਾਸ਼ਤ ਕਰਾਂ ਕਿਸੇ ਕਿਸਮ ਦਾ ਇੰਪਲੀਮੈਂਟ, ਕਿਉਂਕਿ ਅਸੀਂ ਇੱਕ ਪ੍ਰੋਪਰ ਚੈਨਲ ਭਰਤੀ ਹੋ ਕੇ ਆਏ ਹਾਂ, ਸਾਨੂੰ ਰੈਗੂਲਰ ਕੀਤਾ ਜਾਵੇ। ਹੁਣ ਰੋਸ ਵਜੋਂ ਕਿੱਥੇ ਧਰਨਾ ਦਿੱਤਾ ਸੀ? ਜਿਹੜਾ ਦੀਨਾਨਗਰ ਰੇਲਵੇ ਸਟੇਸ਼ਨ ਦੇ ਨੇੜੇ ਆ, ਉੱਥੇ ਇਕੱਠੇ ਹੋਏ ਸੀ ਪਹਿਲਾਂ। ਇਹਨਾਂ ਦੀ ਜਥੇਬੰਦੀ ਦਾ ਨਾਂ ਹੈਗਾ ਰਮਸਾ SSA ਨੋਨ ਟੀਚਿੰਗ ਸਟਾਫ, ਜਿਹੜਾ ਦਫ਼ਤਰੀ ਸਟਾਫ ਆ। ਇਹਨਾਂ ਦੀ ਬੇਸਿਕ ਜੋ ਵੀ ਰੈਗੂਲਰਾਈਜੇਸ਼ਨ ਬਾਰੇ ਜਾਂ ਜੋ ਵੀ ਸੰਬੰਧਿਤ ਮਹਿਕਮੇ ਬਾਰੇ ਡਿਮਾਂਡ ਆ, ਦੇ ਵਾਂਟਡ ਟੂ ਫਿਕਸ ਆ ਮੀਟਿੰਗ। ਆਪਾਂ ਮੀਟਿੰਗ ਦੀ ਗੱਲ ਕਰ ਰਹੇ ਹਾਂ, ਬਟ ਐਜ਼ ਯੂਜੁਅਲ ਲਾਅ ਐਂਡ ਆਰਡਰ ਰੂਟੀਨ, ਆਪਾਂ ਕੋਠੀ ਤੋਂ ਬਾਹਰ ਹੀ ਇਹਨਾਂ ਨੂੰ ਰੋਕ ਲੈਂਦੇ ਹਾਂ ਪਹਿਲਾਂ ਹੀ, ਤਾਂ ਕਿ ਕਿਸੇ ਪ੍ਰਕਾਰ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ। ਫੋਰ ਗੁੱਡ ਹੈਲਥ ਪਲੀਜ਼ ਸਬਸਕ੍ਰਾਈਬ A1 ਹੈਲਥ ਕੇਅਰ, ਫੋਰ ਬੈਟਰ ਮਿਊਜ਼ਿਕ ਸਬਸਕ੍ਰਾਈਬ A1 ਮਿਊਜ਼ਿਕ, ਫੋਰ ਬੈਸਟ ਇਨਫੋਰਮੇਸ਼ਨਲ ਪ੍ਰੋਗਰਾਮਸ ਪਲੀਜ਼ ਸਬਸਕ੍ਰਾਈਬ A1 ਪੰਜਾਬੀ TV, and for all updated news please subscribe A1 news.